ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਕਹਿੰਦੇ ਆ ਕਿ ਸੰਬੰਧ ਉਹਦੇ ਨਾਲ ਹੀ ਜੁੜਦੇ ਆ ਜਿਸ ਦਾ ਕੁਦਰਤ ਦੁਆਰਾ ਸਾਨੂੰ ਜੋੜਿਆ ਜਾਂਦਾ ਹੈ। ਮਤਲਬ ਕਹਿੰਦੇ ਆ ਕਿ ਕਿਸੇ ਤਰ੍ਹਾਂ ਦਾ ਲੈਣ ਦੇਣ ਹੀ ਹੈ ਜੋ ਅਸੀਂ ਹਮੇਸ਼ਾ ਆਪਣੇ ਰਿਸ਼ਤਿਆਂ ਦੁਆਰਾ ਉਹ ਘੱਟ ਜਾਂ ਵੱਧ ਕਰ ਰਹੇ ਹੁੰਦੇ ਹਾਂ, ਹੈ ਨਾ। ਤਾਂ ਇਹ ਸੋਚੋ ਕਿ ਜੋ ਕੋਈ ਸਾਡੇ ਨਾਲ ਜੁੜ ਰਿਹਾ ਤਾਂ ਕੁਦਰਤ ਸਾਡਾ ਫਾਇਦਾ ਜਾਂ ਸਾਡਾ ਨੁਕਸਾਨ, ਸਾਡੇ ਸਿਤਾਰਿਆਂ ਮੁਤਾਬਕ ਹੀ ਕੁਦਰਤ ਸਾਨੂੰ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਮੌਕੇ ਦਿੰਦੀ ਹੈ ਅਤੇ ਕਈ ਵਾਰੀ ਰਿਸ਼ਤੇ ਵਿਗੜ ਵੀ ਜਾਂਦੇ। ਬੜੀ ਸਿਆਣੀ ਗੱਲ ਹੈ ਕਿ ਜਦੋਂ ਜਗ੍ਹਾ ਖਾਲੀ ਹੁੰਦੀ ਹੈ ਤਾਂ ਕੁਦਰਤ ਉਸ ਜਗ੍ਹਾ ਨੂੰ ਬੜੀ ਛੇਤੀ ਭਰ ਦਿੰਦੀ। ਤਾਂ ਇਸ ਕਰਕੇ ਹਰ ਰਿਸ਼ਤੇ ਨੂੰ ਕੁਦਰਤ ਦੀ ਸਗਾਤ ਸਮਝ ਕੇ ਨਿਭਾਉਣਾ ਚਾਹੀਦਾ, ਆਪਣੇ ਕਰਮ ਅੱਛੇ ਰੱਖਣੇ ਚਾਹੀਦੇ। ਇਹ ਅੱਜ ਦਾ ਸ਼ੁਭ ਵਿਚਾਰ ਸੀ। ਇਸੇ ਸ਼ੁਭ ਵਿਚਾਰ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਾਣਾਂਗੇ ਪੰਚਾਂਗ ਅਤੇ ਪੰਚਾਂਗ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਹਮੇਸ਼ਾ ਦੀ ਤਰ੍ਹਾਂ ਵਾਸਤੂ ਟਿੱਪ ਵੀ ਦੱਸਾਂਗੇ, ਠੀਕ। ਗ੍ਰਹਿਆਂ ਦੀ ਗੱਲ ਕਰੀਏ ਤਾਂ ਅੱਜ 26 ਜੂਨ 2024 ਦਿਨ ਬੁੱਧਵਾਰ ਦਾ ਅਤੇ ਕ੍ਰਿਸ਼ਨ ਪੱਖ ਚੱਲ ਰਿਹਾ, ਹਾੜ ਮਹੀਨੇ ਦਾ ਕ੍ਰਿਸ਼ਨ ਪੱਖ, ਅਤੇ ਪੰਚਮੀ ਤਿਥੀ ਰਹੇਗੀ। ਪੰਚਮੀ ਤਿਥੀ 'ਤੇ ਤਨਿਸ਼ਠਾ ਨਕਸ਼ਤਰ ਚੱਲੇਗਾ ਜੋ ਕਿ ਤਕਰੀਬਨ ਵਿਸ਼ਕੁੰਭ ਯੋਗ ਦੇ ਮੁਤਾਬਕ ਦੁਪਹਿਰ ਨੂੰ 1:05 ਤੱਕ ਰਹੇਗਾ, ਅਤੇ 1:05 ਤੱਕ ਮੰਗਲ ਦਾ ਨਕਸ਼ਤਰ ਅਤੇ ਉਸ ਤੋਂ ਬਾਅਦ ਰਾਹੂ ਦਾ ਨਕਸ਼ਤਰ ਚੱਲ ਪਵੇਗਾ। 1:05 ਤੋਂ ਬਾਅਦ 7 ਪਿਸ਼ਾ ਨਕਸ਼ਤਰ ਵਿੱਚ ਚੰਦਰਮਾ ਜੋ ਨੇ ਕੁੰਭ ਰਾਸ਼ੀ ਵਿੱਚ ਚੱਲਣਗੇ। ਕੁੰਭ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਜਿਸ 'ਤੇ ਪਹਿਲਾਂ ਤੋਂ ਹੀ ਸ਼ਨੀ ਚੱਲਦੇ ਪਏ ਆ ਤਕਰੀਬਨ 1.5 ਸਾਲ ਤੋਂ, ਅਤੇ ਸ਼ਨੀ ਆਪਣੇ ਹੀ ਘਰ ਵਿੱਚ ਸ਼ਨੀ ਚੰਦਰ ਦੀ ਯੁਤੀ ਟੈਂਪਰੇਰੀ ਤੌਰ 'ਤੇ ਸਾੜਸਤੀ ਬਣੇਗੀ। ਕੀ ਪ੍ਰਭਾਵ ਪਾਵੇਗੀ ਇਸ ਦੇ ਬਾਰੇ ਚਰਚਾ ਕਰਾਂਗੇ, ਨਕਸ਼ਤਰ ਦੇ ਮੁਤਾਬਕ ਵੀ, ਗ੍ਰਹਿਆਂ ਦੇ ਮੁਤਾਬਕ ਵੀ। ਰਾਹੂ ਕਾਲ ਦਾ ਟਾਈਮ ਜੋ ਹੈ ਅੱਜ ਬੁੱਧਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹੇਗਾ, ਠੀਕ ਹੈ ਜੀ। ਇਸ ਟਾਈਮ ਸਮੇਂ ਚੱਲਦੇ ਕੰਮਾਂ ਦਾ ਕੋਈ ਵੀ ਕਹਿ ਸਕਦੇ ਹਾਂ ਆਪਾਂ ਵਹਿਮ ਨਹੀਂ ਹੈ, ਪਰ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਅਗਰ ਕੋਈ ਸ਼ੁਭ ਕੰਮ ਕਰਨਾ ਹੋਵੇ। ਮੁਬਾਰਕਾਂ ਉਹਨਾਂ ਨੂੰ, ਹਰ ਰੋਜ਼ ਆਪਾਂ ਜਿਨ੍ਹਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਜਨਮ ਦਿਨ 'ਤੇ ਜੋ ਗ੍ਰਹਿਆਂ ਦੇ ਮੁਤਾਬਕ ਹੈ ਸ਼ੁਭ ਸ਼ੁਭ ਕੰਮ ਕਰਨ ਦੇ ਲਈ, ਸਿਤਾਰਿਆਂ ਮੁਤਾਬਕ ਕੀ ਕਰਨਾ ਅਤੇ ਕੀ ਨਹੀਂ ਕਰਨਾ ਇਸ ਬਾਰੇ ਜਾਣਕਾਰੀ ਦਿੰਦੇ ਹਾਂ। ਅਤੇ ਜਿਨ੍ਹਾਂ ਦਾ ਵੀ ਅੱਜ ਜਨਮ ਦਿਨ ਹੈ ਉਹਨਾਂ ਨੂੰ ਅੱਜ ਦੇ ਦਿਨ ਪੇੜ ਜ਼ਰੂਰ ਲਗਾਉਣਾ ਚਾਹੀਦਾ। ਦੇਖੋ ਸ਼ਨੀ ਚੰਦਰ ਦੀ ਜੁੱਤੀ ਹੈ, ਇੱਕ ਸਾੜਸਤੀ ਚੱਲਦੀ ਪਈ ਹੈ, ਤਾਂ ਤਕਰੀਬਨ 5-6 ਪੇੜ ਬੂਟਿਆਂ ਨੂੰ ਪਾਣੀ ਦੇਣ 'ਤੇ ਸ਼ਨੀ ਅਤੇ ਸ਼ੁੱਕਰ ਬਹੁਤ ਸ਼ੁਭ ਫਲ ਦਿੰਦੇ ਆ, ਕਿਉਂਕਿ ਸ਼ੁੱਕਰ ਇਹ ਧਰਤੀ ਆ ਅਤੇ ਬੁੱਧ ਜੋ ਹੈ ਹਰਿਆਲੀ ਹੈ, ਅਤੇ ਇਸ ਨਾਲ ਸ਼ਨੀ ਨਾਲ ਸੰਬੰਧਿਤ ਗ੍ਰਹਿ, ਕਿਉਂਕਿ ਸਾਡਾ ਮਨ ਹੀ ਸ਼ਨੀ ਨਾਲ ਜੁੜ ਗਿਆ, ਤਾਂ ਇਸ ਕਰਕੇ ਇਹਨਾਂ ਸਿਤਾਰਿਆਂ ਨੂੰ ਸ਼ੁਭ ਕਰਨ ਦੇ ਲਈ ਆਪਣੇ ਵੀ ਅੱਛੇ ਹੋ ਜਾਣਗੇ। ਪੇੜ ਲਗਾਓ ਅਤੇ ਅਗਲੇ ਜਨਮ ਦਿਨ ਤੱਕ ਉਸਦੀ ਸੇਵਾ ਕਰੋ, ਜਦੋਂ ਤੱਕ ਤੁਹਾਡੀ ਹਾਈਟ ਤੋਂ ਬਹੁਤ ਲੰਬਾ ਸਾਲ ਭਰ ਨਹੀਂ ਹੋ ਜਾਂਦਾ, ਤਾਂ ਫਿਰ ਹਰ ਜਨਮ ਦਿਨ 'ਤੇ ਵੈਸੇ ਪੇੜ ਲਗਾਉਣੇ ਚਾਹੀਦੇ ਆ, ਅੱਛਾ ਹੋ ਜਾਂਦਾ, ਠੀਕ ਹੈ ਜੀ। ਅਤੇ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਜਾਣਾਂਗੇ ਐਰੇਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ। ਸ਼ਨੀ ਚੰਦਰ ਦੀ ਯੁਤੀ ਇਨਕਮ ਸਥਾਨ ਵਿੱਚ ਲੱਗੀ ਅਤੇ ਸ਼ਨੀ ਦੀ ਤੀਸਰੀ ਦ੍ਰਿਸ਼ਟੀ ਮੰਗਲ 'ਤੇ ਪਈ, ਯਾਨੀ ਇਨਡਾਇਰੈਕਟ ਵੇ ਨਾਲ ਸ਼ਨੀ ਚੰਦਰ ਅਤੇ ਮੰਗਲ ਦਾ ਯੋਗ ਬਣੇਗਾ। ਸ਼ਨੀ ਚੰਦਰ ਅਤੇ ਮੰਗਲ ਦਾ ਯੋਗ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ, ਕਿਉਂਕਿ ਚੰਦਰ ਦੇ ਉੱਤੇ ਛਾਇਆ ਸ਼ਨੀ ਦੀ ਸ਼ਨੀ ਰਾਤ ਦਾ ਕਾਰਨ ਅਤੇ ਸੁੱਖ ਸਥਾਨ ਦਾ ਮਾਲਕ ਜੋ ਹੈ ਤੁਹਾਡੇ ਹੈਗਾ ਇਹ ਚੰਦਰ। ਤਾਂ ਸੁੱਖਾਂ ਲਈ ਕਲਪਾਹਟ ਵਧੀ, ਮਨ ਵਿੱਚ ਬੇਚੈਨੀ ਪਰੇਸ਼ਾਨੀ ਹੋਈ, ਮਾਂ ਨਾਲ ਬਹਿਸਬਾਜ਼ੀ ਕਰਨ 'ਤੇ ਸਮਝੋ ਸ਼ਨੀ ਦਾ ਫਲ ਹੋਰ ਖਰਾਬ ਹੋ ਜਾਣਾ। ਇੱਕ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ, ਦੂਸਰਾ ਤੁਸੀਂ ਅੱਜ ਦੇ ਦਿਨ ਬੁੱਧਵਾਰ ਵਾਲੇ ਦਿਨ ਜੋ ਮੰਗਲ ਨੂੰ ਸ਼ੁਭ ਕਰਨ ਦੇ ਲਈ ਦਿਨ ਦੀ ਸ਼ੁਰੂਆਤ ਸਵੇਰ ਤੋਂ ਹੀ ਜੀਭ 'ਤੇ ਸ਼ਹਿਦ ਲਗਾ ਕੇ ਕਰੋ,
ਜਦੋਂ ਤੱਕ ਰਾਹੂ ਦਾ ਨਕਸ਼ਤਰ ਨਹੀਂ ਆਉਂਦਾ ਮਤਲਬ 1 ਵਜੇ ਤੱਕ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਨਵੇੜ ਲੈਣਾ ਚਾਹੀਦਾ ਹੈ। ਪਰੇਸ਼ਾਨੀ ਜ਼ਿਆਦਾ ਹੋਵੇ ਤਾਂ ਪਾਣੀ 'ਚ ਦੁੱਧ ਪਾ ਕੇ ਇਸ਼ਨਾਨ ਕਰੋ। ਸ਼ੁਭ ਰੰਗ ਅੱਜ ਦੇ ਦਿਨ ਤੁਹਾਡਾ ਰਹੇਗਾ ਜੀ ਗ੍ਰੇ ਕਲਰ ਤੇ ਸ਼ੁਭ ਨੰਬਰ ਰਹੇਗਾ 9। ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਸ਼ਨੀ ਚੰਦਰ ਦੀ ਯੁਤੀ ਚੰਦਰ ਤੁਹਾਡੀ ਇਨਕਮ ਦਾ ਇਨਕਮ ਤੋਂ ਇਨਕਮ ਯਾਨੀ ਕਿ ਪਰਾਕਰਮ ਸਥਾਨ ਦਾ ਮਾਲਕ ਹੈ, ਛੋਟੇ ਜਾਂ ਵੱਡੇ ਭਾਈ ਭੈਣ ਦਾ ਮਾਲਕ ਹੈ। ਪ੍ਰੋਪਰਟੀ ਨੂੰ ਲੈ ਕੇ ਕੋਈ ਝਗੜਾ ਆਪਣਿਆਂ ਵਿੱਚ ਹੋ ਸਕਦਾ ਹੈ, ਬਹਿਸਬਾਜ਼ੀ ਕਈ ਵਾਰੀ ਵੱਡਾ ਰੂਪ ਧਾਰਨ ਕਰ ਸਕਦੀ ਹੈ। ਤਾਂ ਤੁਸੀਂ ਕੀ ਕਰਨਾ ਹੈ, ਦਿਨ ਦੀ ਸ਼ੁਰੂਆਤ ਤੇ ਚਲੋ ਪਾਣੀ ਦਾ ਘੁੱਟ ਪੀ ਕੇ, ਹਰ ਕੰਮ ਦੀ ਸ਼ੁਰੂਆਤ ਪਾਣੀ ਦਾ ਘੁੱਟ ਪੀ ਕੇ ਕਰੋਗੇ ਤਾਂ ਸ਼ਨੀ ਚੰਦਰ ਦੀ ਯੁਤੀ ਜੋ ਚੰਦਰ ਨੂੰ ਮਜ਼ਬੂਤੀ ਦੇਵੇਗੀ। ਦੂਸਰੀ ਗੱਲ, ਬਹਿਸਬਾਜ਼ੀ ਜ਼ਿਆਦਾ ਭੈਣ ਭਾਈ ਨਾਲ ਨਾ ਕਰੋ, ਕਈ ਮੁੱਦਿਆਂ ਤੇ ਚੁੱਪ ਰਹਿਣਾ ਹੀ ਮੰਨ ਲਓ ਤੁਹਾਨੂੰ ਜ਼ਿਆਦਾ ਫਾਇਦਾ ਕਰਵਾ ਸਕਦਾ। ਸ਼ੁਭ ਰੰਗ ਅੱਜ ਤੁਹਾਡਾ ਕਰੀਮ ਰਹੇਗਾ, ਸ਼ੁਭ ਨੰਬਰ 3। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਜੀ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਨੌਵੇਂ ਖਾਨੇ ਵਿੱਚ ਜਦੋਂ ਕੋਈ ਗ੍ਰਹਿ ਚੱਲ ਰਿਹਾ ਹੁੰਦਾ ਹੈ ਤਾਂ ਉਹ ਸਾਡੀ ਕਿਸਮਤ ਦੇ ਸਿਤਾਰਿਆਂ ਦਾ ਪ੍ਰਭਾਵ ਪਾਉਂਦਾ ਹੈ, ਕਿਉਂਕਿ ਨੌਵਾਂ ਖਾਨਾ ਸਾਡੇ ਕਰਮ ਦਾ ਹੈ, ਸਾਡੀ ਕਿਸਮਤ ਦੇ ਸਿਤਾਰਿਆਂ ਦਾ ਹੈ। ਤੇ ਉਸ ਜਗ੍ਹਾ ਤੇ ਅੱਜ ਸ਼ਨੀ ਚੰਦਰ ਦੀ ਯੁਤੀ ਰਹੇਗੀ। ਵੈਸੇ ਤਾਂ ਜੋ ਨਕਸ਼ਤਰ ਹੈ ਦੋਨੋਂ ਹੀ ਮਿੱਤਰ ਨੇ, ਮੰਗਲ ਦਾ ਨਕਸ਼ਤਰ ਨੁਕਸਾਨ ਨਹੀਂ ਕਰਦਾ ਤੇ ਉਸ ਤੋਂ ਬਾਅਦ ਚੱਲੇਗਾ। ਰਾਹੂ ਦਾ ਨਕਸ਼ਤਰ ਜੋ ਕਿ ਮਿੱਤਰ ਹੈ, ਸਿਰ ਵਿੱਚ ਥੋੜਾ ਜਿਹਾ ਦਰਦ ਜ਼ਰੂਰ ਰਹਿ ਸਕਦਾ ਹੈ। ਵਿਦਿਆਰਥੀਓ, ਤੁਸੀਂ ਤਾਂ ਜੋ ਕੰਮ ਕਾਰ ਤੁਹਾਨੂੰ ਛੁੱਟੀਆਂ ਦਾ ਮਿਲਿਆ ਹੈ ਜਾਂ ਵੈਸੇ ਕੋਈ ਟੈਸਟ ਦੀ ਤਿਆਰੀ ਕਰ ਰਹੇ ਹੋ ਤਾਂ ਥੋੜਾ ਹਲਕੇ 'ਚ ਨਹੀਂ ਲੈਣਾ ਚਾਹੀਦਾ, ਧੁੱਪ 'ਚ ਨੰਗੇ ਸਿਰ ਨਹੀਂ ਜਾਣਾ। ਹਰਾ ਰੰਗ ਤੁਹਾਡਾ ਸ਼ੁਭ ਰਹੇਗਾ, ਸ਼ੁਭ ਨੰਬਰ 11। ਕੈਂਸਰ ਕਰਕ ਰਾਸ਼ੀ ਵਾਲੇ, ਵਾਹਨ ਦਾ ਨੁਕਸਾਨ ਦੇ ਨਾਲ ਲੱਤਾਂ ਗੋਡਿਆਂ ਵਿੱਚ ਦਰਦ ਥੋੜਾ ਅੱਜ ਰਹੇਗਾ। ਦੇਖੋ, ਇੱਕ ਤੇ ਸ਼ਨੀ ਚੰਦਰ ਦੀ ਸਾੜ ਸਤੀ ਲਗਨ ਦਾ ਮਾਲਕ ਤੇ ਦੂਸਰਾ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ। ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵੱਧ ਸਕਦੀਆਂ ਨੇ, ਬਜ਼ੁਰਗਾਂ ਦੀ ਸਿਹਤ ਦੀ ਵਜ੍ਹਾ ਨਾਲ ਹਸਪਤਾਲਾਂ ਦੇ ਚੱਕਰ ਲੱਗ ਸਕਦੇ ਆ, ਤਾਂ ਮਨ ਥੋੜਾ ਬੇਚੈਨ ਤੇ ਪਰੇਸ਼ਾਨ ਹੋਵੇ ਤਾਂ ਥੋੜੀ ਜਿਹੀ ਮੈਡੀਟੇਸ਼ਨ ਕਰੋ, ਹਲਕਾ ਜਿਹਾ ਮਿਊਜ਼ਿਕ ਸੁਣੋ, ਪਾਣੀ 'ਚ ਦੁੱਧ ਪਾ ਕੇ ਨਹਾਓ, ਚਾਂਦੀ ਆਪਣੇ ਕੋਲ ਰੱਖੋ। ਬਸ ਇੰਨੇ ਸਾਰੇ ਉਪਾਅ ਕਰਨ ਨਾਲ ਤਾਂ ਸੱਚ ਜਾਣੋ ਸ਼ਨੀ ਚੰਦਰ ਦੀ ਯੁਤੀ ਤੁਹਾਨੂੰ ਸ਼ੁਭ ਫਲ ਦੇ ਦੇਵੇਗੀ। ਸ਼ੁਭ ਰੰਗ ਤੁਹਾਡਾ ਅੱਜ ਖਾਕੀ ਰਹੇਗਾ, ਸ਼ੁਭ ਨੰਬਰ ਰਹੇਗਾ ਜੀ 5 ਨੰਬਰ। ਲਿਓ ਯਾਨੀ ਸਿੰਘ ਰਾਸ਼ੀ ਵਾਲੇ, ਸਿੰਘ ਰਾਸ਼ੀ ਦੇ ਲਈ ਸ਼ਨੀ ਚੰਦਰ ਦੀ ਯੁਤੀ 7ਵੇਂ ਸਥਾਨ ਵਿੱਚ, ਬਿਲਕੁਲ 7ਵੇਂ ਸਾਹਮਣੇ ਤੋਂ ਸ਼ਨੀ ਚੰਦਰ ਦੀ ਯੁਤੀ। ਤਾਂ ਲਾਈਫ ਪਾਰਟਨਰ ਦੇ ਸਿਹਤ ਦਾ ਧਿਆਨ ਰੱਖੋ ਇੱਕ ਦੂਜੇ ਦੀ, ਥੋੜ੍ਹੀ ਬਹਿਸਬਾਜ਼ੀ, ਥੋੜ੍ਹੀ ਛੋਟੀ ਮੋਟੀ ਨੋਕ ਚੋਕ ਕਈ ਵਾਰੀ ਵੱਡਾ ਰੂਪ ਧਾਰਨ ਕਰ ਜਾਂਦੀ ਹੈ, ਹੈ ਨਾ, ਤਾਂ ਪਰੇਸ਼ਾਨੀ ਪਰਿਵਾਰ ਵਿੱਚ ਵੱਧ ਸਕਦੀ ਹੈ। ਤਾਂ ਥੋੜ੍ਹਾ ਜਿਹਾ ਆਪਣੀ ਬਾਣੀ 'ਚ ਮਿਠਾਸ ਰੱਖ ਕੇ ਚੱਲੋਗੇ, ਇਮੋਸ਼ਨਲ ਜ਼ਿਆਦਾ ਨਹੀਂ ਹੋਵੋਗੇ। ਕੁਛ ਐਕਸਟਰਾ ਰਿਲੇਸ਼ਨ ਜਾਂ ਕੁਛ ਵੀ ਤੁਹਾਡੇ ਫਰੈਂਡ ਸਰਕਲ ਹੈ ਤਾਂ ਉਸਨੂੰ ਆਪਣੀ ਫੈਮਿਲੀ ਨੂੰ ਅਲੱਗ ਅਤੇ ਉਸਨੂੰ ਅਲੱਗ ਰੱਖੋਗੇ ਤਾਂ ਸਮਝਦਾਰੀ ਨਾਲ ਰਿਸ਼ਤੇ ਪਰਿਵਾਰ ਅਤੇ ਮਨ ਕਹਿ ਸਕਦੇ ਹਾਂ ਆਪਾਂ ਕਿ ਕੋਈ ਨੁਕਸਾਨ ਨਹੀਂ ਕਰੇਗਾ। ਸ਼ੁਭ ਰੰਗ ਅੱਜ ਜਾਮਣੀ ਤੇ ਸ਼ੁਭ ਨੰਬਰ ਰਹੇਗਾ ਜੀ 1 ਨੰਬਰ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲੇ, ਪੁਰਾਣੇ ਰੋਗ ਨੂੰ ਲੈ ਕੇ ਚਿੰਤਾ, ਖਾਰਸ ਵਗੈਰਾ ਸਕਿਨ ਪ੍ਰੋਬਲਮ ਨੂੰ ਲੈ ਕੇ ਚਿੰਤਾ ਵਧੀ ਰਹੇਗੀ। ਅੱਖਾਂ ਦੀ ਪ੍ਰੋਬਲਮ ਵੀ ਤੰਗ ਕਰ ਸਕਦੀ, ਥੋੜ੍ਹੀ ਨਿਗਾਹ ਨੂੰ ਲੈ ਕੇ ਕਿ ਨਿਗਾਹ ਵੱਧ ਘੱਟ ਰਹੀ ਹੈ, ਹੈ ਨਾ, ਤਾਂ ਹੋਸਪਿਟਲ ਦੇ ਚੱਕਰ ਵੀ ਲੱਗ ਸਕਦੇ। ਕੋਸ਼ਿਸ਼ ਕਰਨੀ ਹੈ ਅੱਜ ਤੁਸੀਂ ਕਿ ਸ਼ਨੀ ਚੰਦਰ ਦੀ ਯੁਤੀ ਜੋ 6ਵੇਂ ਸਥਾਨ ਵਿੱਚ ਹੈ ਤਾਂ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਸਕਦੇ ਹੋ, ਜਿੱਦਾਂ ਫਲ ਦੇ ਸਕਦੇ ਹੋ, ਖੱਟੀਆਂ ਟੌਫੀਆਂ ਦੇ ਸਕਦੇ ਹੋ, ਤਾਂ ਕੇਤੂ ਵੀ ਲਗਨ 'ਚ ਸ਼ੁਭ ਫਲ ਦੇਵੇਗਾ, ਸ਼ਨੀ ਚੰਦਰ ਦੀ ਯੁਤੀ ਵੀ ਨੁਕਸਾਨ ਨਹੀਂ ਦੇਵੇਗੀ। ਫਿਸਲ ਕੇ ਗਿਰਨ ਦਾ ਡਰ, ਪੈਰ ਗਿੱਟੇ 'ਚ ਦਰਦ ਵੀ ਰਹਿ ਸਕਦਾ ਹੈ। ਤਾਂ ਕੀ ਕਰਨਾ ਤੁਸੀਂ, ਅੱਜ ਗਾਂ ਨੂੰ ਰੋਟੀ ਜ਼ਰੂਰ ਪਾ ਦੇਣੀ ਹੈ ਅਤੇ ਨਾਲ ਜੋ ਮੰਗਲ ਦਾ ਨਕਸ਼ਤਰ ਹੈ ਉਦੋਂ ਤੱਕ ਸੰਭਲ ਸੰਭਲ ਕੇ ਚੱਲਣਾ ਬਹੁਤ ਜ਼ਰੂਰੀ ਰਹੇਗਾ। ਸ਼ੁਭ ਰੰਗ ਅੱਜ ਦੇ ਦਿਨ ਤੁਹਾਡਾ ਬ੍ਰਾਉਨ ਤੇ ਸ਼ੁਭ ਨੰਬਰ ਰਹੇਗਾ 2 ਨੰਬਰ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲੇ,
ਸਿਤਾਰੇ ਸਾੜ ਸਤੀ ਕਰਕੇ, ਕਿਉਂਕਿ ਪੰਜਵੇਂ ਸਥਾਨ ਵਿੱਚ ਹੈ, ਪੰਜਵਾਂ ਸਥਾਨ ਸਾਡੇ ਪੇਟ ਦਾ ਏ, ਸਾਡੀ ਸੋਚ ਦਾ ਏ, ਹੈ ਨਾ। ਤਾਂ ਸੋਚ ਨੂੰ ਸਹੀ ਰੱਖਣਾ ਤਾਂ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਜਿੱਦੀ ਬਣ ਕੇ, ਢੀਠ ਬਣ ਕੇ ਕੋਈ ਕੰਮ ਨਹੀਂ ਕਰਨਾ, ਉਸ ਤੋਂ ਵੀ ਜ਼ਰੂਰੀ ਬਿਨਾਂ ਮੰਗੇ ਕਿਸੇ ਨੂੰ ਸਲਾਹ ਨਹੀਂ, ਹੈ ਨਾ। ਤਾਂ ਉਹਦੇ ਨਾਲ ਸ਼ਨੀ ਚੰਦਰ ਦੀ ਜੁੱਤੀ ਤੁਹਾਨੂੰ ਉਦਾਸੀ ਤੋਂ ਬਚਾਏਗੀ, ਪਰੇਸ਼ਾਨੀਆਂ ਘੱਟ ਕਰੇਗੀ। ਮਿਸ਼ਰੀ ਲੈ ਕੇ ਬੱਚਿਆਂ ਨੂੰ ਵੰਡ ਸਕਦੇ ਹੋ ਤੁਸੀਂ ਅੱਜ। ਤੇ ਤੁਲਾ ਰਾਸ਼ੀ ਵਾਲਿਆਂ ਨੇ ਜੋ ਸ਼ੁੱਕਰ ਦੀ ਐਨਰਜੀ ਹੈ ਉਸਨੂੰ ਸ਼ੁਭ ਕਰਨ ਦੇ ਲਈ ਕੰਨਾਂ ਪਿੱਛੇ ਇਤਰ ਵੀ ਲਗਾ ਲੈਣਾ, ਠੀਕ ਹੈ ਜੀ। ਦਿਨ ਅੱਛਾ ਜਾਏਗਾ, ਰੰਗ ਕੋਈ ਵੀ ਪਹਿਨ ਸਕਦੇ ਹੋ। ਸ਼ੁਭ ਨੰਬਰ ਅੱਜ ਤੁਹਾਡਾ 12। ਸਕੋਰਪੀਓ ਯਾਨੀ ਬ੍ਰਿਸ਼ਚਿਕ ਰਾਸ਼ੀ ਵਾਲੇ, ਸਿਤਾਰੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ, ਕਿਉਂਕਿ ਚੌਥੇ ਸਥਾਨ ਵਿੱਚ, ਚੌਥਾ ਸਥਾਨ ਤੁਹਾਨੂੰ ਪਤਾ ਹੈ ਸੁੱਖਾਂ ਦਾ ਇਮਾਨ ਹੈ। ਲਗਜ਼ਰੀ ਚੀਜ਼ਾਂ 'ਤੇ ਖਰਚ ਤੁਸੀਂ ਕਰ ਰਹੇ ਹੋ, ਜਿਸ ਕਰਕੇ ਵੱਡੇ ਖਰਚੇ ਥੋੜ੍ਹੀ ਆਰਥਿਕ ਸਥਿਤੀ ਨੂੰ ਡਾਵਾਂਡੋਲ ਕਰ ਰਹੇ ਹੋ। ਚਲੋ, ਨਕਸ਼ੱਤਰ ਤਾਂ ਠੀਕ ਚੱਲ ਰਿਹਾ, ਦੁਪਹਿਰ ਤੱਕ ਠੀਕ ਠਾਕ ਰਹੇਗਾ, ਉਸ ਤੋਂ ਬਾਅਦ ਥੋੜ੍ਹੀ ਸਿਹਤ ਢਿੱਲੀ ਹੋ ਸਕਦੀ ਆ। ਵਿਦਿਆਰਥੀਓ, ਤੁਸੀਂ ਤਾਂ ਕੰਮਾਂ ਕਾਰਾਂ ਦੀ ਭੱਜ ਨੱਠ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਬਣੀ ਰਹੇਗੀ। ਲੰਬੀ ਯਾਤਰਾ ਤੋਂ ਥੋੜ੍ਹਾ ਜਿਹਾ ਗੁਰੇਜ਼ ਹੀ ਕਰੋ ਤਾਂ ਚੰਗਾ ਏ। ਘਰ ਤੋਂ ਨਿਕਲਦੇ ਸਮੇਂ ਮਾਂ ਦੇ ਪੈਰੀਂ ਹੱਥ ਲਗਾਉਣਾ, ਦਹੀਂ ਦਾ ਸੇਵਨ ਕਰਨਾ ਸ਼ੁਭਤਾ ਦੇਵੇਗਾ ਤੇ ਸ਼ੁਭ ਰੰਗ ਅੱਜ ਵਾਈਟ ਰਹੇਗਾ। ਅਗਲੀ ਰਾਸ਼ੀ ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸ਼ਨੀ ਚੰਦਰ ਦੀ ਜੁੱਤੀ ਤੀਸਰੇ ਸਥਾਨ ਵਿੱਚ ਹੋਈ। ਰਾਹੂ ਦਾ ਨਕਸ਼ੱਤਰ ਮਿੱਤਰ ਨਹੀਂ ਹੈ, ਮੰਗਲ ਦਾ ਨਕਸ਼ੱਤਰ ਮਿੱਤਰ ਹੈ, ਤਾਂ ਇਸ ਕਰਕੇ ਦੁਪਹਿਰ ਤੋਂ ਬਾਅਦ ਦਾ ਸਮਾਂ ਥੋੜ੍ਹਾ ਪਰੇਸ਼ਾਨੀਆਂ ਵਧਾਉਣ ਵਾਲਾ ਰਹੇਗਾ, ਖੱਜਲ ਖਵਾਰ ਕਰਨ ਵਾਲਾ ਰਹੇਗਾ। ਕਿਸੇ ਨੂੰ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਹੋਇਆ, ਜਾਂ ਤੁਸੀਂ ਕਿਸੇ ਦੀ ਗੱਲ ਨਹੀਂ ਸੁਣੀ, ਜਾਂ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣੀ, ਤਾਂ ਇੱਦਾਂ ਦੀਆਂ ਪਰੇਸ਼ਾਨੀਆਂ ਥੋੜ੍ਹੀਆਂ ਜਿਹੀਆਂ ਡਾਵਾਂਡੋਲ ਸਥਿਤੀਆਂ ਦੇ ਸਕਦੀਆਂ ਨੇ। ਚਲੋ, ਸਮੇਂ ਨੂੰ ਸਮਝ ਕੇ ਵਿਉਂ ਤੋਂ ਵੱਧ ਤਰੀਕੇ ਨਾਲ ਕੀਤੇ ਕੰਮ ਅੱਜ ਤੁਹਾਨੂੰ ਮਨ ਤੇ ਦਿਮਾਗ ਦੋਨਾਂ ਨੂੰ ਸੰਤੁਸ਼ਟੀ ਦੇਣਗੇ। ਸ਼ੁਭ ਰੰਗ ਅੱਜ ਦੇ ਦਿਨ ਰਹੇਗਾ ਜੀ ਤੁਹਾਡਾ ਗ੍ਰੇ ਕਲਰ, ਤੇ ਸ਼ੁਭ ਨੰਬਰ ਰਹੇਗਾ 3। ਕੈਪਰੀਕੋਨ ਮਕਰ ਰਾਸ਼ੀ ਵਾਲੇ, ਸਵੇਰ ਤੋਂ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ, ਮੱਥੇ ਤੇ ਦੁੱਧ ਲਾਓ, ਕਾਲੀ ਦਾਲ ਦਾ ਸੇਵਨ ਨਾ ਕਰੋ, ਤਾਂ ਹੀ ਸ਼ਨੀ ਚੰਦਰ ਦੀ ਜੁੱਤੀ ਧਨ ਸਥਾਨ ਵਿੱਚ ਨੁਕਸਾਨ ਤੋਂ ਬਚਾ ਸਕਦੀ, ਠੀਕ ਹੈ। ਵੈਸੇ ਸਿਤਾਰੇ ਅੱਛੇ ਆ, ਵਿਦੇਸ਼ ਲਈ ਅੱਛੇ ਆ, ਸ਼ੁਭ ਖਬਰ ਸੁਣਨ ਨੂੰ ਮਿਲ ਸਕਦੀ ਹੈ। ਧਨ ਵੱਲੋਂ ਕੰਮ ਵੱਲੋਂ ਸੌਖੇ ਰਹੋਗੇ, ਪਹਿਲਾਂ ਦੀ ਤਰ੍ਹਾਂ ਕੰਮ ਚੱਲੇਗਾ। ਸ਼ੁਭ ਰੰਗ ਅੱਜ ਦੇ ਦਿਨ ਮੈਰੂਨ ਰਹੇਗਾ ਤੇ ਸ਼ੁਭ ਨੰਬਰ ਰਹੇਗਾ ਜੀ 6 ਨੰਬਰ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ, ਸਿਤਾਰੇ ਥੋੜ੍ਹੀ ਜਿਹੀ ਸਿਹਤ ਨੂੰ ਖਰਾਬ ਕਰਨ ਵਾਲੇ ਰਹਿਣਗੇ, ਸੁਸਤੀ ਜੀ ਪਈ ਰਹੇਗੀ, ਇਹ ਲੱਗੇਗਾ ਕਿ ਬਸ ਲੇਟੇ ਹੀ ਰਹੋ ਤੇ ਕੰਮ ਕਰਨ ਨੂੰ ਜੀ ਜਿਆ ਨਾ ਕਰਨਾ। ਦੇਖੋ, ਸ਼ਨੀ ਚੰਦਰ ਦੀ ਜੁੱਤੀ ਉਹ ਵੀ ਲਗਨ ਤੇ ਯਾਨੀ ਸਿਰ ਤੇ, ਤਾਂ ਸਿਰ ਦੀ ਪਰੇਸ਼ਾਨੀ ਤਾਂ ਰਹੇਗੀ ਹੀ, ਦਿਮਾਗ ਥੋੜ੍ਹਾ ਅਪਸੈਟ ਵੀ ਰਹੇਗਾ, ਇਹ ਲੱਗੇਗਾ ਕਿ ਬਹੁਤ ਜ਼ਿਆਦਾ ਭੁੱਲ ਰਹੇ ਹਾਂ, ਜਾਂ ਦਿਮਾਗ 'ਚ ਕੁਛ ਪਲੈਨਿੰਗਾਂ ਚੱਲ ਰਹੀਆਂ ਸੀ ਜੋ ਹੁਣ ਉਹ ਕੰਮ ਕਾਰ ਨਾ ਹੋਣ ਕਰਕੇ ਥੋੜ੍ਹਾ ਅਪਸੈਟ ਜਿਹਾ ਰਹੇਗੀ ਸਥਿਤੀ, ਹੈ ਨਾ। ਇਹ ਤਾਂ ਸ਼ਨੀ ਚੰਦਰ ਦੀ ਸਾੜ ਸਤੀ ਕਰਕੇ ਇਸਨੇ ਇੱਥੋਂ ਨਿਕਲ ਜਾਣਾ ਚੰਗਾ ਹੋ ਜਾਏਗਾ। ਚਲੋ, ਪਾਣੀ ਦੀ ਇੱਕ ਬੋਤਲ ਲਵੋ ਤੇ ਪਿੱਪਲ ਨੂੰ ਪਾ ਕੇ ਆਓ ਤੇ ਦੂਸਰਾ ਪਾਣੀ ਵਿੱਚ ਦੁੱਧ ਪਾ ਕੇ ਇਸ਼ਨਾਨ ਕਰੋ। ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦਿਓ, ਤੇ ਉਸ ਤੋਂ ਵੀ ਜ਼ਰੂਰੀ ਧੁੱਪ 'ਚ ਨੰਗੇ ਸਿਰ ਨਾ ਲਓ। ਦਿਨ ਅੱਛਾ ਹੋ ਜਾਏਗਾ, ਦਿਨ ਵਧੀਆ ਹੀ ਜਾਏਗਾ, ਤੇ ਐਕਟਿਵ ਹੋਣ ਦੇ ਲਈ ਪਾਣੀ 'ਚ ਦੁੱਧ ਪਾ ਕੇ ਆਪਾਂ ਤੁਹਾਨੂੰ ਦੱਸਿਆ ਨਾ ਹੋ। ਅੱਜ ਦੇ ਦਿਨ ਕ੍ਰੀਮ ਕਲਰ ਤੁਹਾਡਾ ਸ਼ੁਭ ਰਹੇਗਾ ਤੇ ਸ਼ੁਭ ਨੰਬਰ ਰਹਿਣ ਵਾਲਾ ਏ ਜੀ 18। ਪਾਈਸਿਸ ਮੀਨ ਰਾਸ਼ੀ ਵਾਲਿਆਂ ਦੇ ਸਿਤਾਰੇ ਥੋੜ੍ਹੇ ਜਿਹੇ ਡਾਵਾਂਡੋਲ ਸਥਿਤੀਆਂ ਵਾਲੇ, ਇਸ ਕਰਕੇ ਕਿਉਂਕਿ ਰਾਹੂ ਦੀ એનર્ਜੀ ਜੋ ਹੈ ਉਹ ਥੋੜ੍ਹਾ ਉਤਾਵਲਾਪਨ ਬੇਚੈਨੀ ਦੇ ਰਹੀ ਹੈ, ਨੇਮਪੇ ਵੱਧ ਰਿਹਾ। ਜੋ ਤੁਸੀਂ ਰਾਜਨੀਤੀ ਵਿੱਚੋਂ, ਤਾਂ ਤੁਹਾਨੂੰ ਚੰਗੀ ਪੋਸਟ ਮਿਲਣ ਦੇ ਚਾਂਸ ਵੀ ਵਧੇ ਹੋਏ ਆ। ਮਾਨਸਿਕ ਤੌਰ 'ਤੇ ਕਲਪਾਹਟ ਚੰਦਰ ਬੈਠਾ 12ਵੇਂ ਤੇ, ਜੋ ਆਰਥਿਕ ਸਥਿਤੀ ਨੂੰ ਵੀ ਡਾਵਾਂਡੋਲ ਕਰ ਰਿਹਾ। ਸ਼ੋਪਿੰਗ ਕਰਨ 'ਚ ਤੁਹਾਡਾ ਮਨ ਲੱਗ ਰਿਹਾ, ਦਿਲ ਕਰ ਰਿਹਾ, ਤਾਂ ਠੀਕ ਹੈ ਕਰ ਲਓ, ਪਰ
ਜ਼ਰੂਰੀ ਨਾ ਹੋਵੇ ਤਾਂ ਉਹ ਚੀਜ਼ਾਂ ਨਾ ਖਰੀਦੋ, ਕਿਉਂਕਿ ਆਰਥਿਕ ਸਥਿਤੀ ਡਾਵਾਂਡੋਲ ਹੋਣ ਕਰਕੇ ਮਾਨਸਿਕ ਦੇ ਨਾਲ ਹੀ ਡਾਵਾਂਡੋਲ ਹੋ ਜਾਣਾ। ਤਾਂ ਇਸ ਕਰਕੇ ਥੋੜ੍ਹਾ ਖਰਚਿਆਂ 'ਤੇ ਕੰਟਰੋਲ ਰੱਖਣ 'ਤੇ ਸੇਵਿੰਗ ਕੀਤੀ ਹੋਈ ਤੁਹਾਡੇ ਮਨ ਨੂੰ ਥੋੜ੍ਹੀ ਤਸੱਲੀ ਦੇ ਜਾਏਗੀ, ਠੀਕ ਹੈ ਜੀ। ਅਤੇ ਨਾਲ ਅੱਜ ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾਣਾ ਹੈ। ਸ਼ੁੱਭ ਰੰਗ ਤੁਹਾਡਾ ਅੱਜ ਰਹੇਗਾ ਪੀਲਾ ਅਤੇ ਸ਼ੁੱਭ ਨੰਬਰ ਰਹੇਗਾ 8। ਇਹ ਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ। ਵਾਸਤੂ ਦੇ ਮੁਤਾਬਕ ਵੀ ਆਪਾਂ ਤੁਹਾਨੂੰ ਰੋਜ਼ ਛੋਟੇ ਛੋਟੇ ਟਿਪ ਛੋਟੀਆਂ ਛੋਟੀਆਂ ਗੱਲਾਂ ਦੱਸਦੇ ਰਹਿੰਦੇ ਹਾਂ, ਜਿਨ੍ਹਾਂ ਨਾਲ ਆਪਾਂ ਆਲੇ ਦੁਆਲੇ ਦਾ ਔਰਾ ਸ਼ੁਭ ਕਰਕੇ ਸ਼ੁਭ ਸਥਿਤੀਆਂ ਦਾ ਫਾਇਦਾ ਵੀ ਲੈ ਸਕਦੇ ਹਾਂ, ਠੀਕ ਹੈ ਜੀ। ਘਰ ਦੀ ਐਨਰਜੀ ਤੇ ਹਮੇਸ਼ਾ ਖੁਸ਼ੀ ਨੁਮਾ ਹੀ ਹੋਣੀ ਚਾਹੀਦੀ ਹੈ, ਮਤਲਬ ਘਰ ਆਏ ਤੇ ਮਨ ਖੁਸ਼ ਹੋ ਗਿਆ ਚੀਜ਼ਾਂ ਨੂੰ ਦੇਖ ਕੇ। ਸਵੇਰੇ ਉੱਠ ਕੇ ਆਪਣਾ ਬਿਸਤਰ ਸਵਾਰਨਾ ਚੰਗੀ ਗੱਲ ਹੈ, ਬਿਲਕੁਲ। ਜੁੱਤੇ ਇੱਧਰ ਉੱਧਰ ਖਿਲਰੇ ਰਹਿਣੇ, ਕੱਪੜੇ ਇੱਧਰ ਉੱਧਰ ਖਿਲਰੇ ਰਹਿਣੇ ਬੁੱਧ ਦੀ ਐਨਰਜੀ ਨੂੰ ਖਰਾਬ ਕਰਦੇ ਆ, ਅਤੇ ਬਿਸਤਰ ਅਤੇ ਪਿੱਲੋ ਇੱਧਰ ਉੱਧਰ ਹੋਣਾ, ਜਿਵੇਂ ਸਰਾਣਾ ਕਿਤੇ ਪਿਆ ਹੈ, ਚਾਦਰ ਕਿਤੇ ਪਈ ਹੈ, ਤਾਂ ਸਮਝੋ ਇਸ ਦੇ ਨਾਲ ਕੀ ਹੋ ਜਾਂਦਾ ਹੈ, ਬੁੱਧ ਸ਼ੁੱਕਰ ਦੋਨੋਂ ਖਰਾਬ ਹੋ ਜਾਂਦੇ। ਤਾਂ ਹਮੇਸ਼ਾ ਜਦੋਂ ਵੀ ਬੈੱਡ 'ਤੇ ਪਵੋ ਜਾਂ ਉਸ ਤੋਂ ਉੱਠੋ ਤਾਂ ਬੈੱਡ ਨੂੰ ਹਮੇਸ਼ਾ ਸੈੱਟ ਕਰਕੇ ਪਿੱਲੋ ਨੂੰ ਸਹੀ ਜਗ੍ਹਾ 'ਤੇ ਰੱਖ ਕੇ ਉੱਠਣ ਦੇ ਨਾਲ ਸ਼ੁੱਕਰ ਦੀ ਐਨਰਜੀ ਹਮੇਸ਼ਾ ਸ਼ੁੱਭ ਰਹਿੰਦੀ ਹੈ ਅਤੇ ਹਮੇਸ਼ਾ ਤੁਹਾਡਾ ਮਨ ਵੀ ਖੁਸ਼ ਰਹੇ, ਠੀਕ ਹੈ ਜੀ। ਇਹ ਸੀ ਵਾਸਤੂ 'ਤੇ ਸਮਾਂ, ਇਜਾਜ਼ਤ ਦਾ। ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਆਪਣਿਆਂ ਨਾਲ ਬਣਾ ਕੇ ਰੱਖੋ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।